मैं अज गल करन लगा वा इंसाफ मार्च की। इंसाफ मार्च जिहड़ा असी आम आदमी पार्टी के 8 MLAs सुखपाल सिंह खहरा मैं ते साडे साथी 8 December तो लैके 16 December तक तलवंडी साबो तो लैके पटियाले तक कढ़न जा रहे हैं। उहदे बारे मैं तुहानू सारयां नू गुजारिश करनी आ। मैं सारयां नू तुहानू अपील करनी आ कि तुसी इस मार्च दे विच वध चढ़ के हिस्सा लो। साढ़े नाल इस इंसाफ मार्च दे विच ਇਹ ਸਾਡੇ ਸਾਰਿਆਂ ਵੱਲੋਂ ਜੁਆਇੰਟ ਅਪੀਲ ਹੈ ਸਾਡੇ ਵੱਲੋਂ ਔਰ ਨਾਲ ਲੋਕ ਇਨਸਾਫ ਪਾਰਟੀ ਔਰ ਪੰਜਾਬ ਮੰਚ ਜਿਹਦੇ ਮੁਖੀ ਡਾਕਟਰ ਧਰਮਵੀਰ ਗਾਂਧੀ ਨੇ ਅਸੀਂ ਸਾਰਿਆਂ ਵੱਲੋਂ ਮੈਂ ਡਾਕਟਰ ਗਾਂਧੀ ਵੱਲੋਂ ਬੈਂਸ ਬ੍ਰਦਰਸ ਜਿਹੜੇ ਲੋਕ ਇਨਸਾਫ ਪਾਰਟੀ ਤੋਂ ਨੇ ਔਰ ਸਾਡੇ ਸਾਰਿਆਂ ਵੱਲੋਂ ਸਾਡੇ ਜਿਹੜੇ 8 MLAs ਆ ਔਰ ਸਾਡੇ ਬਾਕੀ ਸਾਥੀ ਜਿੰਨੇ ਸਾਡੇ ਸਮਰਥਕ ਨੇ ਉਹਨਾਂ ਸਾਰਿਆਂ ਵੱਲੋਂ ਤੁਹਾਨੂੰ ਮੈਂ ਗੁਜ਼ਾਰਿਸ਼ ਕਰਨੀ ਚਾਹੁੰਦਾ ਵੀ ਵੱਧ ਚੜ੍ਹ ਕੇ ਇਹਦੇ 'ਚ ਹਿੱਸਾ ਲਓ। ਸਾਡਾ ਮਕਸਦ ਬੜਾ ਸਿੰਪਲ ਆ। ਪੰਜਾਬ ਦੇ ਮਸਲਿਆਂ ਬਾਰੇ ਆਪਾਂ ਸਾਰਿਆਂ ਨੂੰ ਪੂਰਾ ਪਤਾ ਵਾ, ਸਰਕਾਰ ਨੂੰ ਵੀ ਪਤਾ ਵਾ, ਲੇਕਿਨ ਅਸੀਂ ਸਰਕਾਰ ਦਾ ਧਿਆਨ ਉਹਨਾਂ ਦੀ ਗੰਭੀਰਤਾ ਵੱਲ, ਉਹਨਾਂ ਦੀ ਸੀਰੀਅਸਨੈਸ ਜਿਹੜੀ ਆ ਉਹਦੇ ਵੱਲ ਦਵਾਉਣਾ ਚਾਹੁੰਦੇ ਹਾਂ। ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੀ ਕਿਸਾਨੀ ਦੀ ਇਸ ਵੇਲੇ ਕੀ ਹਾਲਤ ਆ। 3-4 ਦਿਨ ਪਹਿਲਾਂ ਦਿੱਲੀ ਦੇ ਵਿੱਚ ਸੰਸਦ ਦੇ ਵਿੱਚ, ਸੰਸਦ ਦੇ ਬਾਹਰ ਸਾਰੇ ਮੁਲਕ ਭਰ ਦੇ ਕਿਸਾਨਾਂ ਨੇ ਬਹੁਤ ਵੱਡੀ ਉੱਥੇ ਇੱਕ ਰੈਲੀ ਕੀਤੀ। ਉਹ ਮੰਗ ਕਰ ਰਹੇ ਆ ਵੀ ਜਿਹੜੀ MSP ਮਿਨੀਮਮ ਸਪੋਰਟ ਪ੍ਰਾਈਸ ਜੋ ਡਾਕਟਰ ਸਵਾਮੀਨਾਥਨ ਨੇ ਕਹੀ ਸੀ, ਉਹ ਸਰਕਾਰ ਨੇ ਕਿਹਾ ਸੀਗਾ, ਮੋਦੀ ਸਰਕਾਰ ਨੇ ਅਸੀਂ ਲਾਗੂ ਕਰਾਂਗੇ, ਲੇਕਿਨ ਲਾਗੂ ਕੀਤੀ ਨਹੀਂ। ਐਵੇਂ ਅੱਧੀ ਪਚੱਧੀ ਜੀ ਲਾਗੂ ਕੀਤੀ ਆ। ਜੋ ਸਹੀ ਲਾਗੂ ਕੀਤੀ ਹੁੰਦੀ ਤੀ, ਜਿਹੜੀ ਫਸਲ ਦੀ ਕੀਮਤ ਇਸ ਵੇਲੇ 16-17 ਸੌ ਰੁਪਏ ਮਿਲ ਰਹੀ ਆ, ਉਹਦੀ ਕੀਮਤ ਜਿਹੜੀ ਆ ਪ੍ਰਤੀ ਏਕੜ ਕਰੀਬ 2300-2400 ਰੁਪਏ ਮਿਲਣੀ ਚਾਹੀਦੀ ਸੀਗੀ। ਇੱਧਰ ਪੰਜਾਬ 'ਚ ਆਪਾਂ ਨੂੰ ਪਤਾ ਹੀ ਆ ਕਿ ਇਸ ਵੇਲੇ ਗੰਨੇ ਦੀ ਕੀ ਹਾਲਤ ਬਣੀ ਆ। ਹਾਲੇ ਤੱਕ ਪ੍ਰਾਈਵੇਟ ਮਿੱਲਾਂ ਨੇ ਗੰਨਾ ਪੀੜਨਾ ਸ਼ੁਰੂ ਨਹੀਂ ਕੀਤਾ। ਉਹ ਕਹਿ ਰਹੇ ਆ ਵੀ ਜੇ ਸਰਕਾਰ ਜਿਹੜਾ ਮਿੱਥੀ ਹੋਈ ਜਿਹੜੀ ਕੀਮਤ ਆ ਉਹਦੇ 'ਚ 30-35 ਰੁਪਏ ਪ੍ਰਤੀ ਕੁਇੰਟਲ ਦਾ ਜੇ ਯੋਗਦਾਨ ਪਾਉਣਗੇ ਤਾਂ ਅਸੀਂ ਗੰਨਾ ਚੁੱਕਾਂਗੇ, ਨਹੀਂ ਤਾਂ ਅਸੀਂ ਨਹੀਂ ਗੰਨਾ ਚੁੱਕਣਾ। ਪੁਰਾਣਾ ਬਕਾਇਆ 400 ਕਰੋੜ ਦੇ ਕਰੀਬ ਬਕਾਇਆ ਜਿਹੜਾ ਵਾ ਇਸ ਵੇਲੇ ਦੇਣ ਵਾਲਾ ਵਾ ਕਿਸਾਨਾਂ ਦਾ। ਮਰਿੰਡਾ ਮਿੱਲ ਦੇ ਬਹੁਤ ਸਾਰੇ ਕਿਸਾਨ ਵਿਚਾਰੇ ਜਿਹੜੇ ਆ ਜਿਹੜੇ ਉੱਥੇ ਗੰਨਾ ਸੁੱਟਦੇ ਰਹੇ ਆ, ਉਹਨਾਂ ਦਾ ਪਿਛਲੇ ਸਾਲ ਦਾ ਬਕਾਇਆ ਹਾਲੀ ਦੇਣਾ ਵਾ। ਸੋ ਇੱਥੋਂ ਜ਼ਾਹਿਰ ਹੈ ਕਿ ਅਰਕੀ ਗੰਨੇ ਦੀ ਜਿਹੜੀ ਜਿਹੜਾ ਫਸਲ ਆ ਉਹ ਜਿਹੜੀ ਕ੍ਰਸ਼ਿੰਗ ਆ ਉਹ ਡਿਲੇਡ ਹੋਊਗੀ, ਲੇਟ ਹੋਊਗੀ, ਕਾਫੀ ਲੇਟ ਹੋਊਗੀ। ਅਗਲੀ ਫਸਲ 'ਤੇ ਵੀ ਇਹਦਾ ਬਹੁਤ ਸੀਰੀਅਸ ਅਸਰ ਪਊਗਾ। ਉੱਧਰ ਜਲੰਧਰ ਦੇ ਨੇੜੇ ਜਿਹੜੇ ਔਰ ਹੁਸ਼ਿਆਰਪੁਰ ਜਲੰਧਰ ਜਿੱਥੇ ਜਿੱਥੇ ਵੀ ਆਲੂ ਉਗਾਉਂਦੇ ਆ ਉੱਥੇ ਬੜੀ 3ਜੇ ਸਾਲ ਐਰਕੀ ਆਲੂ ਦੀ ਫਸਲ ਜਿਹੜੀ ਆ ਉਹਨੂੰ ਸਹੀ ਵਾਜਬ ਕੀਮਤ ਨਹੀਂ ਮਿਲਣੀ। ਔਰ ਬੜਾ ਵਜ੍ਹਾ ਬੜੀ ਸਿੰਪਲ ਆ ਵੀ ਜੇ ਐਕਸਪੋਰਟ ਖੁੱਲ੍ਹਦੀ ਜਾਏ, ਖਾਸ ਕਰਕੇ ਪਾਕਿਸਤਾਨ ਨੂੰ ਐਕਸਪੋਰਟ ਖੁੱਲ੍ਹਦੀ ਜਾਏ ਤਾਂ ਉਹਨੂੰ ਬੜੀ ਵਧੀਆ ਉਹਦੀ ਕੀਮਤ ਮਿਲ ਸਕਦੀ ਹੈ। ਸੋ ਹੋਰ ਵੀ ਬਹੁਤ ਸਾਰੇ ਮਸਲੇ ਆ, ਕਿਸਾਨਾਂ ਵੱਲੋਂ ਖੁਦਕੁਸ਼ੀਆਂ ਲਗਾਤਾਰ ਜਾਰੀ ਔਰ ਜਿਹੜੇ ਸਰਕਾਰ ਨੇ ਅਮਰਿੰਦਰ ਸਰਕਾਰ ਨੇ ਕਿਹਾ ਸੀ ਵੀ ਅਸੀਂ ਉਹਨਾਂ ਨੂੰ ਜਿਹੜਾ ਕਰਜ਼ਾ ਮੁਆਫੀ ਕਰਨੀ ਆ ਉਹ ਹੁਣ ਕਈ ਮਹੀਨਿਆਂ ਤੋਂ ਉਹਦਾ ਫੰਕਸ਼ਨ ਹੀ ਨਹੀਂ ਹੋਇਆ। ਸੋ ਇਹ ਸਾਰੇ ਮਸਲਿਆਂ ਨੂੰ ਲੈ ਕੇ ਅਸੀਂ ਸਰਕਾਰ ਦਾ ਧਿਆਨ ਉਹਨਾਂ ਦੀ ਗੰਭੀਰਤਾ ਵੱਲ ਦਿਵਾਉਣਾ ਚਾਹੁੰਦੇ ਹਾਂ। ਔਰ ਨਾਲ ਨਾਲ ਜਵਾਨੀ ਦਾ ਮਸਲਾ, ਸਰਕਾਰ ਕਹਿੰਦੀ ਤਾਂ ਹੈ ਵੀ ਅਸੀਂ ਰੁਜ਼ਗਾਰ ਮੇਲੇ ਲਾ ਰਹੇ ਹਾਂ, ਪਰ ਰੁਜ਼ਗਾਰ ਮੇਲੇ ਐਵੇਂ ਨਾਂ ਦੇ ਮੇਲੇ ਆ। ਅੱਗੇ ਨਾਲੋਂ ਵੀ ਵੱਡੀ ਤਾਦਾਦ 'ਚ ਜਿਹੜੇ ਨੌਜਵਾਨ ਆ ਉਹ ਬਾਹਰਲੇ ਮੁਲਕਾਂ ਵੱਲ ਜਾ ਰਹੇ ਆ। ਆਪਾਂ ਵੇਖਿਆ ਹੀ ਆ ਵੀ ਕਿੰਨੀ ਵੱਡੀ ਤਾਦਾਦ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਲੋਕ ਇਸ ਵੇਲੇ ਨੌਜਵਾਨ ਜਿਹੜੇ ਆ ਪੈਸੇ ਖਰਚ ਕੇ ਜ਼ਮੀਨਾਂ ਵੇਚ ਕੇ ਬਾਹਰ ਨੂੰ ਤੁਰੇ ਜਾਂਦੇ ਆ। ਨਾਲ ਵਪਾਰ ਔਰ ਕਾਰੋਬਾਰ ਜਿਹੜਾ ਉਹਦੇ 'ਤੇ ਬਹੁਤ ਵੱਡਾ ਅਸਰ ਇਸ ਵੇਲੇ ਪੰਜਾਬ ਦੇ ਵਿੱਚ ਪਿਆ ਵਾ, ਬਿਲਕੁਲ ਠੱਪ ਹੋਇਆ ਪਿਆ ਵਾ। ਇੱਥੇ ਜਿਹੜਾ ਇੰਡਸਟਰੀ ਸੀਗੀ ਉਹ ਵਰਚੁਅਲੀ, ਤੁਸੀਂ ਮੰਡੀ ਗੋਬਿੰਦਗੜ੍ਹ ਚਲ ਜਾਓ ਜਾਂ ਬਾਕੀ ਸ਼ਹਿਰਾਂ ਚਲ ਜਾਓ, ਬੜੀ ਉਹਦੀ ਬੁਰੀ ਹਾਲਤ ਆ। ਪਹਿਲਾਂ ਤਾਂ ਮੋਦੀ ਸਰਕਾਰ ਨੇ ਜਿਹੜੀ ਨੋਟਬੰਦੀ ਕੀਤੀ ਉਹਨੇ ਬੇੜਾ ਗਰਕ ਕਰਤਾ, ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਜਿਹੜੀ ਨੀਤੀਆਂ ਵਾ, ਭ੍ਰਸ਼ਟ ਸਰਕਾਰ ਦੀਆਂ ਨੀਤੀਆਂ, ਉਹਨਾਂ ਕਰਕੇ ਵਪਾਰ ਜਿਹੜਾ ਵਾ ਉਹ ਚੱਲ ਨਹੀਂ ਸਕਿਆ। ਸਾਰੇ ਵਰਗ, ਦਲਿਤ ਭਾਈਚਾਰਾ ਕਿੰਨਾ ਦੁਖੀ ਆ ਵਿਚਾਰੇ, ਉਹ SC ਸਕਾਲਰਸ਼ਿਪ ਜਿਹੜੇ ਆ ਉਹ ਉਹਨਾਂ ਦੇ ਕਿੰਨਾ ਵਿਵਾਦ ਹੋਇਆ, ਪਰ ਫਿਰ ਵੀ ਹਾਲੇ ਵੀ ਵਿਚਾਰੇ ਆਪਣੇ ਕੋਲੋਂ ਪੈਸੇ ਖਰਚ ਕੇ ਇਮਤਿਹਾਨ ਜਿਹੜੇ ਵਿਦਿਆਰਥੀ ਆ SC ਉਹ ਦੇ ਰਹੇ। ਹੋਰ ਵੀ ਹਰ ਵਰਗ ਜਿਹੜਾ ਵਾ ਦੁਖੀ ਆ। ਇਸ ਵੇਲੇ ਜਿਹੜਾ ਸਰਦ ਰੁੱਤ ਦਾ ਇਜਲਾਸ ਆ, ਵਿਧਾਨ ਸਭਾ ਦਾ ਸੈਸ਼ਨ ਆ, 13 ਤੋਂ 15 ਨੂੰ ਹੋ ਰਿਹਾ ਵਾ, 13 ਤੋਂ 15 December ਨੂੰ। ਉੱਥੇ ਵੀ ਮਸਲੇ ਚੁੱਕਾਂਗੇ, ਪਰ ਤੁਹਾਨੂੰ ਪਤਾ ਹੀ ਆ ਕਿ ਐਵੇਂ 1.5-2 ਦਿਨ ਦਾ ਸੈਸ਼ਨ ਹੈ, ਉੱਥੇ ਕਿੰਨੇ ਕੁ ਮਸਲੇ ਚੁੱਕੇ ਜਾ ਸਕਦੇ ਆ। ਸੋ ਸਾਡਾ ਲੋਕਾਂ ਦੇ ਸਰਕਾਰ 'ਤੇ ਪ੍ਰੈਸ਼ਰ ਪਾਉਣ ਦਾ ਇੱਕ ਮਕਸਦ ਆ, ਸਾਡੀ ਕੋਸ਼ਿਸ਼ ਆ ਇਸ ਇਨਸਾਫ ਮਾਰਚ ਦੇ ਜ਼ਰੀਏ ਅਸੀਂ ਪ੍ਰੈਸ਼ਰ ਪਾ ਸਕੀਏ। ਸੋ ਵੱਧ ਚੜ੍ਹ ਕੇ ਮੈਂ NRI ਵੀਰਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਵਾਂ ਵੀ ਸਾਡੇ ਇਸ ਇਨਸਾਫ ਮਾਰਚ ਦੇ ਜਿਵੇਂ ਵੀ ਤੁਸੀਂ ਮਦਦ ਕਰ ਸਕਦੇ ਜੇ, ਤੁਸੀਂ ਅੱਗੇ ਵੀ ਬਠਿੰਡੇ ਰੈਲੀ ਵਾਸਤੇ ਔਰ ਬਾਕੀ ਵੀ ਤੁਸੀਂ ਬਹੁਤ ਮਦਦ ਕੀਤੀ ਆ, ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰੋ, ਔਰ ਜੋ ਵੀ ਤੁਸੀਂ ਮਦਦ ਕਰੋਗੇ ਉਹ ਪੰਜਾਬ ਦੇ ਹਿੱਤ ਦੇ ਵਿੱਚ ਹੋਊਗੀ ਔਰ ਪੰਜਾਬ ਦੇ ਲੋਕਾਂ ਵਾਸਤੇ ਹੋਊਗੀ। ਸੋ ਇੱਕ ਵਾਰੀ ਫਿਰ ਸਾਰੇ NRI ਵੀਰਾਂ ਨੂੰ, ਪੰਜਾਬ ਦੇ ਲੋਕਾਂ ਨੂੰ
मैं अपील करनी चाहुंदा अपने सारे साथियों वालों तिना जथेबंदियों वालों मैं अपील करनी चाहुंदा वा कि इहदे विच वध चढ़ के इस इंसाफ मार्च दे विच हिस्सा लओ।